ये इस वक्त मैं बंडाला में मौजूद हूँ ये आपके सामने ईंटों का भट्ठा है और आज आपको बताएंगे कि ये ईंटें कैसे तैयार होती हैं ये तमाम जो इसका तरीक़ाकार है वो आज, आज आपको बताया जाएगा बिसमी इस वक्त मैं बंडाला ब्रिक्स कंपनी ये जग नंबर दो सौ पदी में ये भठा मौजूद है आज हम आपको बताएंगे कि ये ईंटें जो हैं ये कैसे ਪਕਾਈ ਜਾਂਦੀਆਂ ਕਿਵੇਂ ਤਿਆਰ ਹੁੰਦੀਆਂ ਇਸਕੇ ਓਨਰ ਯਹਾਂ ਕੇ ਮਾਰੂਫ ਸਿਆਸੀ ਸ਼ਖਸੀਅਤ جناب ਮੁਹੰਮਦ ਅਮਜਦ ਗੁੱਜਰ ਸਾਹਿਬ ਬਤਾਏਗੇ ਇਹ ਹੁਣ ਕਾ ਆਪਣਾ ਇਹ ਬੱਟਾ ਹੈ ਇਹ ਕਿਵੇਂ ਇਹ ਇਟਾਂ ਤਿਆਰ ਹੁੰਦੀਆਂ ਜੀ ਚੌੜੀ ਸਾਹਿਬ ਸੂਰਤ ਹਾਲ ਇਦਾਂ ਹੈ ਜੀ ਬਈ ਇਹ ਜਿਸ ਵੇਲੇ ਸਾਡੇ ਨਾ ਮੇਰਾ ਮਤਲਬ ਹੈ ਪੱਠੇ ਦੇ ਵਿੱਚ ਈਟਾਂ ਦੀ ਕੱਚੀ ਈਟ ਇੱਥੇ ਆਣ ਕੇ ਲੱਗਦੀ ਆ ਇਹ ਜਿਸ ਵੇਲੇ ਕੱਚੀ ਲੱਗਦੀ ਆ ਤੇ ਫਿਰ ਕੋਲੇ ਦੇ ਨਾਲ ਇਹਦੀ ਪਕਾਈ ਹੁੰਦੀ ਆ ਇੰਤਹਾ ਤੋਂ ਜ਼ਿਆਦਾ ਮੇਰਾ ਮਤਲਬ ਬਿਲਕੁਲ ਮੁਕੰਮਲ ਇੱਕ ਦਫਾ ਪਾਣੀ ਦੀ ਸ਼ਕਲ ਲੈ ਜਾਂਦੀਆਂ ਹਨ। ਔਰ ਉਸ ਤੋਂ ਬਾਅਦ ਫਿਰ ਇਹ ਮੁਕੰਮਲ ਪੱਕ ਜਾਂਦੀ ਆ ਤੇ ਫਿਰ ਅੱਗੇ ਤੁਰਿਆ ਰਹਿੰਦਾ ਟੱਕ ਪਿਛੇ ਇੱਟਾਂ ਭਰਦੇ ਆ ਰਹੇ ਆ ਅਸੀਂ। ਅੱਗਿਓ ਸਾਡੀਆਂ ਐਦਾਂ ਪੱਕਦੀਆਂ ਜਾ ਰਹੀਆਂ ਤੇ ਇਹਨਾਂ ਨੂੰ ਕੱਢਦੇ ਰਹਿਣ ਨਕਾਸੀਏ ਨੂੰ ਕਹਿੰਦੇ ਨਕਾਸੀ ਕਰ ਰਹੇ ਆ। ਇਹ ਅੱਲਾਹ ਦੀ ਮਿਹਰਬਾਨੀ ਦੇ ਨਾਲ ਸਾਡੀ ਇਲਾਕੇ ਦੇ ਵਿੱਚ ਇੱਕ ਨੰਬਰ ਮਾਰਕਾ ਸਾਡੀ ਹਿਟ ਦਾ। ਇੱਕ ਨੰਬਰ ਅੱਲਾਹ ਦੀ ਰਹਿਮਤ ਦੇ ਨਾਲ ਅਸੀਂ ਐਸਾ ਕਾਰੋਬਾਰ ਕਰਦੇ ਆ। ਕਿ ਰਜ਼ਕੇ ਹਲਾਲ ਖਾਂਦੇ ਆ ਰਜ਼ਕੇ ਹਰਾਮ ਨਹੀਂ ਖਾਂਦੇ ਕਿਸੇ ਦੇ ਨਾਲ ਦਨਬਰੀ ਕਰਕੇ ਅਸੀਂ ਕਦੀ ਇੱਟ ਵੇਚੀ ਨਹੀਂ ਇਤਨੀ ਕੁ ਜ਼ਿਆਦਾ ਛਾਂਟੀ ਇਲਾਕੇ ਦੇ ਵਿੱਚੋਂ ਸੈਸ ਵੀ ਅੱਲਾ ਦੀ ਮਿਹਰਬਾਨੀ ਨਾਲ ਸਾਡਾ ਸਭ ਤੋਂ ਵੱਡਾ ਆ ਔਰ ਸਾਡੇ ਕੋਲੋਂ ਸੇਲਮੈਨ ਕੋਈ ਨਹੀਂ ਲੈਂਦਾ ਨਾ ਅਸੀਂ ਕਿਸੇ ਸੇਲਮੈਨ ਨੂੰ ਦਿੰਨੇ ਸਾਡੇ ਕੋਲ ਸੇਲਮੈਨ ਆਉਂਦਾ ਹੀ ਕੋਈ ਨਹੀਂ ਸਾਡੇ ਕੋਲ ਘਰਾਂ ਵਾਲੇ ਡਾਇਰੈਕਟ ਆਉਂਦੇ ਆ ਅੱਲਾਹ ਪਾਕ ਉਹਨਾਂ ਨੂੰ ਕਲਾਉਂਦਾ ਆ ਅੱਲਾਹ ਦੇ ਆਸਰੇ ਤੇ ਸਾਡਾ ਸਾਰਾ ਸਿਸਟਮ ਚੱਲਦਾ ਆ ਔਰ ਬਹੁਤ ਹੀ ਕਾਮਯਾਬੀ ਦੇ ਨਾਲ ਅੱਲਾਹ ਦੀ ਮਿਹਰਬਾਨੀ ਦੇ ਨਾਲ ਚੱਲ ਰਿਹਾ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਕਦੀ ਵੀ ਅਵਲ ਇਟਾਂ ਦੇ ਵਿੱਚ ਦੋਮਾ ਨਹੀਂ ਅੱਲਾਹ ਦੀ ਮਿਹਰਬਾਨ ਨਾਲ ਪਾਈਆਂ ਤੇ ਨਕਾਸੀ ਅੱਛੀ ਤੋਂ ਅੱਛੀ ਕਰਵਾਉਨੇ ਆ ਰੇਟ ਵੀ ਲੋਕੀ ਖੁਸ਼ ਹੋ ਕੇ ਭਰਦੇ ਔਰ ਲੋਕਾਂ ਦੇ ਪੱਠਿਆਂ ਨਾਲੋਂ ਰੇਟ ਵੀ ਮੇਰਾ ਜ਼ਿਆਦਾ ਸਹਿਜ਼ ਵੀ ਮੇਰਾ ਅੱਲਾਹ ਦੀ ਮਿਹਰਬਾਨੀ ਦੇ ਨਾਲ ਵੱਡਾ ਆ हां करिए जी गल ये आपके हां शुरू करो शुरू ए सूरत हाल ਇਥੇ ਇਦਾਂ ਜੀ ਵੀ ਇਥੇ ਅਸੀਂ ਕੋਲਾ ਪਾਉਂਦੇ ਇਹਦੇ ਵਿੱਚ ਇਹ ਕੋਲਾ ਪਾ ਰਹੇ ਆ ਇਹਦੇ ਵਿੱਚ ਜਿਸ ਵੇਲੇ ਕੋਲਾ ਪੋਣਾ ਪਾਓ ਜੀ ਇਹ ਪਕਾਈ ਹੁੰਦੀ ਯਾਨੀ ਅੱਗੇ ਤੋਂ ਅੱਗੇ ਅੱਗੇ ਜਾਈ ਜਾਣੀ ਆ ਕੱਚੀ ਟੱਗੇ ਲੱਗੀ ਜਾਏਗੀ ਇਹ ਤੋਂ ਪਿੱਛੇ ਪਕਾਈ ਹੁੰਦੀ ਜਾਏਗੀ ਇਹਨੂੰ ਅਸੀਂ ਕਹਿੰਨੇ ਆ ਪਾਵਾ ਇਹ ਇੱਕ ਪਾਵਾ 3300 ਢਟ ਦਾ ਹੁੰਦਾ ਜਿਹਦੇ ਤੇ ਲੈਂਨ ਲੱਗੀ ਆ ਤਵਿਆਂ ਦੀ ਇਹ ਕੋਲਾ ਪਾ ਰਹੇ ਆ ਅੱਲਾ ਦੀ ਮਿਹਰਬਾਨੀ ਦੇ ਨਾਲ ਇਹ ਪੱਕਦੀ ਜਾਣੀ ਆ ਅਸੀਂ ਇਹਨਾਂ ਉਹ ਗਿਆ ਪਿੱਛੋਂ ਕੱਢਦੇ ਜਾਣਾ ਤੇ ਮੋਰੇ ਅਸੀਂ ਕੱਚੀ ਇੱਟ ਲਾਉਂਦੇ ਜਾਣਾ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਆ ਜੀ ਇਹ ਤੇ ਖਤਰਨਾਕ ਵੀ ਬਹੁਤ ਆ ਹਾਂ ਜੀ ਇਹ ਦੱਸੋ ਕਿ ਖਤਰਨਾਕ ਕਿਸ ਤਰ੍ਹਾਂ ਖਤਰਨਾਕ ਦੇਖੋ ਜੀ ਕਿਸੇ ਵੇਲੇ ਅੱਲਾ ਨਾ ਕਰੇ ਇਹ ਕੋ ਮਸਲਾ ਬਣ ਜਾਵੇ ਮਜ਼ਦੂਰਾਂ ਦੇ ਵਾਸਤੇ ਬਹੁਤ ਪ੍ਰੋਬਲਮ ਬਣਦੀ ਆ ਇੱਥੋਂ ਗੇਟ ਕੋ ਡਿੱਪਵੇ ਤੇ ਸਮਝ ਲਓ ਕਿ ਬੰਦੇ ਦਾ ਬਹੁਤ ਜ਼ਿਆਦਾ ਮੁਸ਼ਕਲ ਆ ਤੋ ਭਜਣਾ ਇਹ ਅੱਲਾ ਦੀ ਆਸਤੇ ਉੱਤੇ ਚੱਲ ਰਿਹਾ ਸਿਸਟਮ ਇਹ ਅੱਲਾ ਦੀ ਹਫਾਜ਼ਤ ਚ ਹੁੰਦੇ ਬੰਦੇ ਇਹ ਸਾਰਾ ਸਿਸਟਮ ਜਿਹੜਾ ਨਾ ਇੱਥੇ ਕੋਲਾ ਪੈਣਾ ਹੈ ਕੋਲੇ ਦਾ ਮੇਰਾ ਮਤਲਬ ਬਹੁਤ ਜ਼ਿਆਦਾ ਇੰਤਹਾਤ ਤੋਂ ਜ਼ਿਆਦਾ ਇਹਦੀ ਹੀਟ ਹੁੰਦੀ ਹੈ ਤੇ ਇਟਾਂ ਇਥੇ ਚਪਕ ਰੀਆਂ ਸਾਡੀ ਪਿਛੇ ਦਾ ਮਾਰ ਸਾਰਾ ਪੱਕਿਆ ਪਿਆ ਹਾਂਜੀ ਇਹ ਪਿਜ ਇਹ ਜੋ ਮੇਰੇ ਸਾਹਮਣੇ ਇੱਥੇ ਪੱਕ ਚੁਕੀਆਂ ਨੇ ਬਿਲਕੁਲ ਮੁਕੰਮਲ ਇਹ ਪੱਕੀ ਹੋਈਆਂ ਇਧਰ ਕੱਚੀ ਹੈ ਹਾਂਜੀ ये जो कारीगर हैं ये आपके सामने ये इस काम के बहुत ही एक्सपर्ट होते हैं इसमें कोई शक नहीं बेहतरीन ये काम नहीं करता नहीं नहीं आम बंदा नहीं ये काम करता कर होता है ये इसका हां ये, ये इनका तजुर्बा होता है बहुत मेहनत करते हैं, हैं। हां जी हां जी और ये एक किस्म के इस काम के उस्ताद होते हैं आपने कोई यहां पर नहीं लगा ए नु एदा ए नु ये कहते हैं कि घंटे ला रहे ने घंटे घंटे ला रहे ने कहते हैं घंटे लगा रहे हां जी घंटे लगा रहे हैं घंटे लगा रहे हैं हां जी ਕੋੜੇ ਜੋ ਸੀਨੀਅਰ ਕਿਹੜਾ ਸੀਨੀਅਰ ਆ ਆਦਮੀ ਆ ਜੀ ਕੋਈ ਗੱਲ ਬਾਤ ਕਰੇਗਾ ਵੀ ਚਲੋ ਬਾਦ ਮੈਂ ਕਰ ਦੇਖੀ ਇਹ ਨਹੀਂ ਨਹੀਂ ਕੀਤੀ ਠੀਕ ਹੋ ਗਿਆ ਜੀ ਹਾਂ ਠੀਕ ਚਲੋ ਜੀ ਇੱਕ ਚਲੋ ਜੀ ਇਹ ਜਨਾਬ ਇਹਨਾਂ ਨੇ ਸੌਣਾ ਨਹੀਂ ਹੁੰਦਾ 4 बाई ਇਸ ਕਰਕੇ ਨਹੀਂ ਪਈ ਇਹਨਾਂ ਨੇ ਰਾਤ ਨੂੰ ਜਿਹਨਾਂ ਦੀ ਡਿਊਟੀ 6-6 ਘੰਟੇ ਡਿਊਟੀ ਆ ਬਿਲਕੁਲ ਨਹੀਂ ਸੌਂਦੇ ਇਹਨਾਂ ਨੇ ਇੱਥੇ ਚਾਹਾਂ ਬਣਾ ਕੇ ਪੀਣੀਆਂ ਇੱਥੇ ਹੁੱਕੇ ਧਰ ਕੇ ਪੀਣੇ ਆ ਆਪਣੀ ਡਿਊਟੀ ਪੂਰੀ ਕਰਨੀ ਹੈ ਇਮਾਨਦਾਰੀ ਨਾਲ ਕਰਨੀ ਹੈ ਅਗਰ ਇਹ ਗਫਲਤ ਕਰ ਜਾਣ ਤਾਂ ਬਹੁਤ ਜ਼ਿਆਦਾ ਪੱਠੇ ਦਾ ਨੁਕਸਾਨ ਹੋ ਜਾਂਦਾ ਹੈ ਮੁਰਗਾ ਵੀ ਰੱਖਾ ਹੋਇਆ ਹੈ ਮੁਰਗਾ ਇਹਨਾਂ ਦਾ ਦੋਸਤ ਹੈ ਔਰ ਇਹ ਬੜੇ ਆਰਾਮ ਸੇ ਪੱਕ ਚੁਕੀ ਹੈ ਇਦਰ ਇਹ ਸਾਰੀ ਇਹ ਪੱਕੀਆਂ ਪਈਆਂ ਇਹ ਸਭ ਪੱਕਿਆ ਮਾਲ ਹਾਂਜੀ ਸਾਰਾ ਮਾਲ ਮੁਕੰਮਲ ਪਕਾਇਆ ਦੇਸ਼ ਰਾਹੀਂ ਜੀ ਅੱਜ ਆਪਨੇ ਦੇਖਾ ਜੀ ਨੇ ਕਿ ਪਿਆਰ ਕਿਵੇਂ ਬਣਦਾ ਕੰਪਲੀਟ ਆਪ ਕੋ ਸਿਸਟਮ ਦਿਖਾਇਆ ਹਮਨੇ ਤੇ ਨਾਜ਼ੀਨ ਅਭੀ ਆਪ ਕੋ ਇਹ ਪਤਾਇਆਗੇ ਇਹ ਜੋ ਕੱਚੀ ਆਕਾਂਚੀ ਹੈ ਉਹ ਕਿਵੇਂ ਤਿਆਰ ਹੁੰਦੀ ਹੈ ਆਓ ਆਓ ਉਧਰ ਦਿਖਾ ਆ ਜਾਓ ਆ ਜਾਓ ਚਲੋ ਇਹ ਜਿਹੜਾ ਜਿਸ ਲਈ ਅਸੀਂ ਕੱਚੀ ਏਟ ਬਣਾਉਨੇ ਆ ਨਾ ਜੀ ਇਹ ਗਾਰੇ ਬਣਾਇਆ ਜਾਂਦਾ ਇਹ ਗਾਰੇ ਨੂੰ ਮੁਕੰਮਲ ਤਿਆਰ ਕਰਨ ਦੇ ਵਿੱਚ ਇਸਾ ਫਿਟਿੰਗ ਸੈੱਟ ਕਰ ਦਿਆ ਗਾਰੇ ਨੂੰ ਕਿ ਇਹਦੀਆਂ ਇੱਟਾਂ ਬਣਦੀਆਂ ਉਹ ਫਿਰ ਜਿਸਲੇ ਪੱਥਰ ਦੇ ਐ ਸਾਈਡ ਤੇ ਪਈਆਂ ਆ ਦੇਖੋ ਇਹ ਫਿਰ ਇੱਥੇ ਇਦਾਂ ਆ ਜਾਣਗੀਆਂ ਇਹ ਲੈਣਾ ਲੱਗੀਆਂ ਜਿਹੜੀਆਂ ਇੱਟਾਂ ਬਣਾਈਆਂ ਗਈਆਂ ਫਿਰ ਜਿਹੜੀ ਸੁੱਕ ਜਾਂਦੀ ਹੈ ਉਹ ਖੜੀਆਂ ਕਰ ਦਿੱਤੀਆਂ ਜਾਂਦੀਆਂ ਦੇਖੋ ਖੜੀਆਂ ਹੈਗੀਆਂ ਇਧਰ ਇਹ ਵੀ ਦੇਖੋ ਇਹ ਜਿਹੜੀਆਂ ਸਾਰੀਆਂ ਇਹ ਵੀ ਖੜੀਆਂ ਕੀਤੀਆਂ ਗਈਆਂ ਇਹ ਇੱਟਾਂ ਇਹ ਸੁੱਕ ਗਈਆਂ ਐ ਮੁਕੰਮਲ ਇਹਨਾਂ ਨੂੰ ਇਦਾਂ ਇਹਨੂੰ ਕਹਿੰਦੇ ਅਲਦਣਾ ਇੱਟ ਨੂੰ ਇਹ ਅਲੱਦ ਵੀ ਰਹੇ ਆ ਇਸ ਤੋਂ ਇਸ ਵੇਲੇ ਲਿਵਰ ਨਹੀਂ ਇੱਥੇ ਨਹੀਂ ਤਾਂ ਤੁਹਾਨੂੰ ਸਾਰਾ ਸਿਸਟਮ ਬਹੁਤ ਅੱਛੀ ਤਰ੍ਹਾਂ ਦਿਖਣਾ ਸਗਾ ਇਹ ਸਾਰੀਆਂ ਕਹਾਣੀਆਂ ਪਟੀਆਂ ਆ ਇਹਨਾਂ ਨੂੰ ਕਹਾਣੀਆਂ ਕਹਿੰਦੇ ਅਸੀਂ ਇਹ ਜਿਹੜੀਆਂ ਕਹਾਣੀਆਂ ਆ ਇਹਨਾਂ ਕਹਾਣੀਆਂ ਨੂੰ ਬਣਾ ਕੇ ਇਸ ਵੇਲੇ ਹੁਣ ਛੱਡ ਕੇ ਚਲੇ ਗਏ ਆਪਣੇ ਘਰਾਂ ਨੂੰ ਇਹਨਾਂ ਨੇ ਸਵੇਹਾ ਹੋਣਾ ਅੱਲਾ ਦੀ ਮਿਹਰਬਾਨੀ ਦੇ ਨਾਲ ਇਹਨਾਂ ਨੂੰ ਬਿਲਕੁਲ ਐ ਤਿਆਰ ਕਰਕੇ ਤੇ ਫਿਰ ਇੱਟਾਂ ਬਣਾ ਕੇ ਤੇ ਫਿਰ ਇਹਨਾਂ ਨੇ ਮੇਰੀ ਗੱਸੋਂ ਚਲੇ ਜਾਣਾ ਔਰ ਇਹਨਾਂ ਦੀ ਇੰਤਹਾ ਤੋਂ ਜ਼ਿਆਦਾ ਅੱਛੀ ਕਮਾਈ ਆ ਇੱਕ ਆਦਮੀ ਹਜ਼ਾਰ ਇਟ ਪਾ ਲੈਂਦਾ ਔਰ ਹਜ਼ਾਰ ਦੀ ਮਿਹਨਤ ਸਾਡੇ ਕੋਲੋਂ ਕਮ ਸੋ ਕਾਂ ਵੀ ਹੈ 1100 ਰੁਪਿਆ ਇਹ ਲੈ ਲੈਂਦੇ ਸਾਡੇ ਕੋਲੋਂ ਇਹਨਾਂ ਦਾ ਠੀਕ ਠਾਕ ਰੋਜ਼ਗਾਰ ਚੱਲਦਾ ਤੇ ਅੱਲਾ ਪਾਕ ਦੀ ਮਿਹਰਬਾਨੀ ਇਹਨਾਂ ਦੀਆਂ ਦੁਆਵਾਂ ਨਾਲ ਸਾਡੇ ਕੰਮਾਂ ਦੇ ਵਿੱਚ ਵੀ ਬਰਕਤਾਂ ਹੈ ਕਿ ਅਸੀਂ ਇਹਨਾਂ ਨਾਲ ਬਹੁਤ ਪਿਆਰ ਨਾਲ ਰਹਿੰਨੇ ਆ ਮੁਹੱਬਤ ਨਾਲ ਰਹਿੰਨੇ ਆ ਔਰ ਜ਼ਿਆਦਾ ਬੰਦੇ ਸਾਡੇ ਪਿੰਡ ਦੇ ਹੀ ਆ ਸਾਰੇ ਇੱਥੇ ਹਾਂਜੀ ਇਹ ਬੰਦਾ ਦੇਖੋ ਸਾਹਮਣੇ ਤੁਹਾਡੇ ਕਹਾਣੀ ਬਣਾ ਰਿਹਾ ਕਹਾਣੀ ਗਾਰੇ ਦੀ ਮਿੱਟੀ ਦੀ ਇਹਨੇ ਹੁਣ ਤਿਆਰ ਕਰਕੇ ਇਹਨੇ ਵੀ ਛੱਡ ਕੇ ਚਲੇ ਜਾਣਾ ਬਾਕੀ ਚਲੇ ਗਏ ਇੱਥੋਂ ਸਾਰੇ ਹੁਣ ਇਹੀ ਸਿਰਫ ਰਹਿੰਦਾ ਇੱਥੇ ਕਿ ਮੇਰਾ ਮਤਲਬ ਇਹ ਵੀ ਕਰ ਨੂੰ ਆਪਣੇ ਨੂੰ ਹੁਣ ਜਾਣੇ ਵਾਲਾ ਤੇ ਸਵੇਰ ਇਨਸ਼ਾ ਅੱਲਾਹ ਤਾਲਾ ਇਹ ਬਣਾਉਣਗੇ ਫਿਰ ਤੇ ਫਿਰ ਇਟਾ ਬਣਾ ਤਕੇ ਇਹਨਾਂ ਨੂੰ ਅਜੇ ਸਾਹਿਬ ਇਹ ਬਤਾ ਰਹੀ ਹੈ ਇਹ ਜੋ ਮਿੱਟੀ ਹੈ ਜਿਸ ਜੀ ਇਡੇ ਤਿਆਰ ਹੁੰਦੀ ਹੈ ਜੋ ਖਾਸ ਮਿੱਟੀ ਹੁੰਦੀ ਹੈ ਯਹਾਂ ਇਹ ਮਕਾਮੀ ਮਿੱਟੀ ਹੈ ਇਹ ਮਿੱਟੀ ਤੋਂ ਹਮਾਰੇ ਇਲਾਕੇ ਕੀ ਹੈ ਲੇਕਿਨ ਟਰਾਲੀਆਂ ਦੇ ਨਾਲ ਸੀ ਮੰਗਵਾਈ ਹੈ ਇੱਥੇ ਕਿਉਂਕਿ ਇਹ ਦੇ ਵਾਸਤੇ ਖਾਸ ਮਿੱਟੀ ਹੁੰਦੀ ਆ ਜੇ ਅਗਰ ਖਾਸ ਮਿੱਟੀ ਨਾ ਹੋਵੇ ਇਹ ਨੀਲ ਜਿਸ ਵੇਲੇ ਮਾਰ ਜਾਂਦੀ ਆ ਕੋਈ ਨੀਲਾ ਖੇਤ ਹੁੰਦੇ ਆ ਉਹਨਾਂ ਦੀ ਮਿੱਟੀ ਦਾ ਰੰਗ ਨੀਲਾ ਹੁੰਦਾ ਉਹ ਰੰਗ ਬਿਲਕੁਲ ਚੰਗਾਨੀ ਹੁੰਦਾ ਉਹ ਪੱਠੇ ਵਾਲੇ ਪਸੰਦ ਨਹੀਂ ਕਰਦੇ ਨਾ ਲੋਕ ਪਸੰਦ ਕਰਦੇ ਉਹ ਕਿਰਨਾ ਸ਼ੁਰੂ ਹੋ ਜਾਂਦੀ ਆ ਇਹ ਮਿੱਟੀ ਬਹੁਤ ਕੀਮਤੀ ਮਿੱਟੀ ਆ ਇਸ ਮਿੱਟੀ ਦੇ ਨਾਲ কুমਾਰ ਭਾਂਡੇ ਵੀ ਬਣਾਉਂਦੇ ਹੁੰਦੇ ਸੀ ਬਹੁਤ ਅੱਛੀ ਮਿੱਟੀ ਆ ਔਰ ਅੱਲਾ ਦੀ ਮਿਹਰਬਾਨਾ ਇਟ ਦਾ ਰੰਗ ਵੀ ਬਹੁਤ ਪਿਆਰਾ ਹੁੰਦਾ ਔਰ ਬਹੁਤ ਅੱਛੀ ਇਟ ਬਣਦੀ ਐ ਇਸ ਮਿੱਟੀ ਦੇ ਨਾਲ। ਇਹ ਮਿੱਟੀ ਕਹਾਂ ਸੇ ਆਪ ਲਾਤੇ ਹੈ? ਇਹ ਤਕਰੀਬਨ ਅਸੀਂ ਮੇਰਾ ਮਤਲਬ ਆਪਣੇ ਮਰਬਿਆਂ ਦੇ ਵਿੱਚੋਂ ਜਿੱਥੋਂ ਅਸੀਂ ਚੈੱਕ ਕਰ ਲਈਦੀ ਐ ਕਿ ਆਹ ਮਿੱਟੀ ਚੰਗੀ ਐ ਸਾਡਾ ਕੰਮ ਸਹੀ ਕਰੇਗੀ। ਥੋੜੀ ਜੀ ਲਿਆ ਕੇ ਅਸੀਂ ਇਟਾਂ ਬਣਾ ਕੇ ਆਪਣੇ ਪੱਠੇ 'ਚ ਪਕਾ ਲਈਦੀਆਂ। ਉਹ ਜਦੋਂ ਸਾਡੀ ਤਸੱਲੀ ਹੁੰਦੀ ਤੇ ਫੇਰ ਅਸੀਂ ਉਹ ਖੇਤ ਨੂੰ ਪੱਟਣਾ ਸ਼ੁਰੂ ਕਰ ਦਿੰਦਾ। ਉਹ ਖੇਤ ਜਦੋਂ ਪੱਟ ਲ ਕੇ ਲਿਆਏ ਉਹਨੇ ਤਾਂ ਫੇਰ ਮੇਰੇ ਵੱਲੋਂ ਉਹਦੀਆਂ ਇਟਾਂ ਬਣਾ ਕੇ ਸਾਨੂੰ ਤੋਂ ਪੱਠੇ ਲਈ। ਜੀ ਇਹ ਮਕਾਮੀ ਮਿੱਟੀ ਐ। ਮਕਾਮੀ ਮਿੱ ਹਾਂ ਜੇ ਇਹ ਜਿਹੜਾ ਸਾਡੀ ਗੰਧਮ ਬੀਜੀ ਅਸੀਂ ਇੱਥੇ ਪਹਿਲੇ ਅਸੀਂ ਮੱਕੀ ਬੀਜੀ ਹੋਈ ਸੀਗੀ ਮੱਕੀ ਨੂੰ ਅਸੀਂ ਮੱਕੀ ਦਾ ਸੈਲਜ ਬਣਾ ਲਿਆ ਜਾਨਵਰਾਂ ਵਾਸਤੇ ਫਾਰਮ ਵਾਸਤੇ ਇਹ ਲਿਹਾਜ਼ਾ ਹੁਣ ਗੰਧਾ ਮਾਂ ਅੱਲਾ ਦੀ ਮਿਹਰਬਾਨਾ ਬਹੁਤ ਪਿਆਰੀ ਤੇ ਬਹੁਤ ਅੱਛੀ ਹੈ ਬਿਹਤਰੀਨ ਮੇਰਾ ਮਤਲਬ ਗੰਧਾ ਜਿਹੜੀ ਅੱਲਾ ਪਾਕ ਦੀ ਮਿਹਰਬਾਨੀ ਨਾਲ ਤੁਹਾਨੂੰ ਨਜ਼ਰ ਆ ਰਹੀ ਹੈ ਬਹੁਤ ਹੀ ਬਿਹਤਰੀਨ ਮਸਲਾ ਠੀਕ ਠਾਕ ਅੱਲਾ ਦਾ ਸ਼ੁਕਰ ਅਲhamdulillah جناب چوہدری محمد امجد گجر صاحب اپ نے ہمیں وقت دیا ٹائم دیا مفید معلومات دی اپ کا بہت بہت شکریہ شکریہ جناب بہت دسوا ٹی وی والے دا بھی بہت شکریہ جنہاں نے جناب سانو اینا ٹائم دتا اور لوکاں دے معلومات دے وچ اضافہ کیتا اینا دا بہت بہت شکریہ بہت بہت مہربانی اللہ اینا خوش رکھے اور بہت ہی اسیں اینا دے تابع دار ہاں ਇਹਨਾਂ ਨੇ ਆਣ ਕੇ ਲੋਕਾਂ ਨੂੰ ਦਿਖਾ ਲਿਆ ਪੱਠਾ ਕਿਦਾਂ ਚੱਲਦਾ ਕੀ ਹੁੰਦਾ ਫਸਲਾਂ ਕਿਦਾਂ ਹੁੰਦੀਆਂ ਫਾਰਮ ਕਿਦਾਂ ਚੱਲਦੇ ਇਹ ਅੱਲਾਹ ਦੀ ਮਿਹਰਬਾਨੀ ਦੇ ਨਾਲ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਸ਼ੁਕਰੀਆ ਜਨਾਬ ਅੱਲਾਹ ਸਲਾਮ ਅਲੈਕ ਤੁਹਾਨੂੰ ਏਦਾਂ ਦੀਆਂ ਹੋਰ ਮਜ਼ੀਦ ਮਲੂਮਾਤਾਂ ਚਾਹੀਦੀਆਂ ਦੱਸੋ ਆ ਟੀਵੀ ਨੂੰ ਸਬਸਕ੍ਰਾਈਬ ਕਰੈਸ ਕਰੋ ਆਪਕਾ ਬਹੁਤ ਬਹੁਤ ਸ਼ੁਕਰੀਆ ਜਨਾਬ ਚਲ ਇਹ ਆਪਕੇ ਸਾਹਮਣੇ ਖੁੱਕਾ ਹੈ ਔਰ ਯਹਾਂ ਪਰ तमाम ਦੋਸਤ بیٹھਦੇ ਹਨ ਔਰ ਇਹ bari bari اس وہ کے کو پیتے ہیں جو کہ آج کل یہ رواج ختم ہوتا جا رہا ہے لیکن یہاں پر یہ ڈکا اپ کے سامنے موجود